ਤੇ ਅੱਜ ਆਪਾਂ ਪਹੁੰਚੇ ਆ ਰਈਏ ਤੇ ਰਈਏ ਦੇ ਲਾਗੇ ਆਪਣੇ ਆ ਜਿਹੜੇ ਮਤਲਬ ਕਿ ਫਾਸਟ ਫੂਡ ਵਾਲੇ ਆ ਹੈਗੇ ਆ ਤੇ ਜਿਹੜੀ ਗੱਡੀ ਆ ਉਹ ਹੈਗੀ ਆ ਜਲੰਧਰ ਤੋਂ ਅੰਮ੍ਰਿਤਸਰ ਵਾਲੇ ਰੋਡ ਤੇ ਸਭ ਤੋਂ ਪਲੱਸ ਪੁਆਇੰਟ ਆਪਣੇ ਘਰ ਦੀ ਆਰਗੈਨਿਕ ਲੇਟਸ ਹੁੰਦੀ ਸਰ ਜਿਹੜੀ ਆਪਾਂ ਲਾਣੇ ਆ ਤੇ ਦੋ ਤਰ੍ਹਾਂ ਦੀ ਹੁੰਦੀ ਦੋ ਤਰ੍ਹਾਂ ਦੀ ਲੇਟਸ ਹੁੰਦੀ ਸਰ ਆਪਣੇ ਕੋਲ ਠੀਕ ਹੈ ਹਾਂਜੀ ਮਤਲਬ ਕਿ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਤੇ ਤੁਸੀਂ ਦੇਖ ਰਹੇ ਹੋ ਆਪਣਾ ਬਿਜ਼ਨਸ ਹਰਪ੍ਰੀਤ ਸਿੰਘ ਤੇ ਅੱਜ ਆਪਾਂ ਪਹੁੰਚੇ ਆ ਰਈਏ ਤੇ ਰਈਏ ਦੇ ਲਾਗੇ ਆਪਣੇ ਆ ਜਿਹੜੇ ਮਤਲਬ ਕਿ ਫਾਸਟ ਫੂਡ ਵਾਲੇ ਆ ਹੈਗੇ ਆਪਣੇ ਤੇ ਭਾਜੀ ਆਪਣੇ ਬਰਗਰ ਪੀਜ਼ਾ ਵਗੈਰਾ ਬਣਾਉਂਦੇ ਆ ਤੇ ਹੈਗੇ ਨੈਸ਼ਨਲ ਹਾਈਵੇ ਰੋਡ ਤੇ ਜਲੰਧਰ ਤੋਂ ਅੰਮ੍ਰਿਤਸਰ ਵਾਲੀ ਰੋਡ ਤੇ ਤੇ ਆਓ ਇਹਨਾਂ ਦੇ ਨਾਲ ਮਿਲਦੇ ਆ ਤੇ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਨੇ ਕੰਮ ਆਪਣਾ ਕਿੱਦਾਂ ਸਟਾਰਟ ਕੀਤਾ ਠੀਕ ਹੈ ਕਿਹੜੀ ਕਿਹੜੀ ਇਹਨਾਂ ਕੋਲ ਰੈਸਪੀ ਹੈਗੀ ਆ ਕਿਹੜੀ ਕੀ ਆਈਟਮਸ ਹੈਗੀਆਂ ਵਾ ਕੀ ਰੇਟ ਹੈਗਾ ਆਪਾਂ ਸਾਰੇ ਦਾ ਸਾਰਾ ਇਹਨਾਂ ਦਾ ਰਿਵਿਊ ਲੈਂਦੇ ਹਾਂ ਫਸਟ ਆਫ ਆਲ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਭਾਜੀ ਆ ਇਹਨਾਂ ਦੀ ਜਿਹੜੀ ਗੱਡੀ ਆ ਉਹ ਹੈਗੀ ਆ ਜਲੰਧਰ ਤੋਂ ਅੰਮ੍ਰਿਤਸਰ ਵਾਲੀ ਰੋਡ ਤੇ ਠੀਕ ਹੈ ਦੇਖਦੇ ਪਏ ਜੇ ਕਿ ਆਹ ਜਿਹੜੀ ਰੋਡ ਵਾ ਇਹ ਹੈਗੀ ਆ ਆਪਣੀ ਜਲੰਧਰ ਤੋਂ ਅੰਮ੍ਰਿਤਸਰ ਹਾਈਵੇ ਆ ਸਾਹਮਣੇ ਇੱਕ ਗਰਾਊਂਡ ਹੈਗੀ ਆ ਲਾਗੇ ਫਤਿਹ ਅਕੈਡਮੀ ਹੈਗੀ ਆ ਤੇ ਤੁਸੀਂ ਦੇਖਦੇ ਪਏ ਜੇ ਕਿ ਪਹਿਲੇ ਨੰਬਰ ਤੇ ਭਾਈ ਨੇ ਜਿਹੜੇ ਆਪਣਾ ਵਾ ਮਤਲਬ ਕਿ ਸਿਟਿੰਗ ਪਲਾਨ ਆ ਆਵਲਾ ਸਿਟਿੰਗ ਪਲਾਨ ਜਿਹੜਾ ਵਾ ਇਹ ਘੱਟ ਤੋਂ ਘੱਟ 10 ਤੋਂ 15 ਜਣਿਆਂ ਦਾ ਇੱਥੇ ਪ੍ਰੋਪਰਲੀ ਤੁਸੀਂ ਬੈਠ ਕੇ ਖਾ ਸਕੀ ਸਕਦੇ ਜੇ ਜਗ੍ਹਾ ਵੀ ਭਾਈ ਨੇ ਕਾਫੀ ਸਾਫ ਸੁਥਰੀ ਰੱਖੀ ਹੋਈ ਆ ਠੀਕ ਹੈ ਮੇਰੀ ਬੈਕ ਸਾਈਡ ਤੇ ਤੁਸੀਂ ਦੇਖੋਗੇ ਕਿ ਅਗਰ ਤੁਸੀਂ ਕੋਈ ਗੱਡੀਆਂ ਵਗੈਰਾ ਆਪਣੀਆਂ ਲਗਾਉਣਾ ਚਾਹੁੰਦੇ ਹੋ ਤੇ ਮੇਰੇ ਖਿਆਲ 'ਚ ਉਹ ਉੱਥੋਂ ਲੈ ਕੇ ਤੇ ਇੱਥੋਂ ਤੱਕ ਭਾਈ ਨੇ ਜਿਹੜੀ ਗੱਡੀਆਂ ਦੀ ਸਾਫ ਸਫਾਈ ਰੱਖੀ ਹੋਈ ਆ ਘੱਟ ਤੋਂ ਘੱਟ ਨਹੀਂ ਤੇ 15 ਤੋਂ 20 ਗੱਡੀਆਂ ਜਿਹੜੀਆਂ ਤੁਹਾਡੀ ਆਸਾਨੀ ਨਾਲ ਪਾਰਕ ਹੋ ਸਕਦੀਆਂ ਵਾ ਠੀਕ ਹੈ ਤੇ ਆਹ ਹੈਗੇ ਜੇ ਭਾਜੀ ਦਾ ਕੰਟੈਕਟ ਨੰਬਰ ਠੀਕ ਹੈ ਭਾਈ ਦੇ ਦੋ ਮੋਬਾਈਲ ਨੰਬਰ ਹੈਗੇ ਆ ਠੀਕ ਹੈ ਤੁਸੀਂ ਇਹਨਾਂ 'ਤੇ ਕਾਲ ਵਗੈਰਾ ਕਰਕੇ ਆਪਣਾ ਪਹਿਲਾਂ ਹੀ ਔਡਰ ਕਰ ਸਕਦੇ ਜੇ ਤਾਂ ਜੋ ਤੁਸੀਂ ਇੱਥੋਂ ਤੱਕ ਆਉਂਦੇ ਹੁੰਦੇ ਆ ਤੁਹਾਨੂੰ ਈਜ਼ਲੀ ਤੁਸੀਂ ਰੁੱਕ ਕੇ ਖਾ ਸਕੀ ਸਕਦੇ ਜੇ ਲੱਗੇ ਹੈਗਾ ਵਾ BSNL ਦਾ ਟਾਵਰ ਰਹੀ ਆ ਭਾਈ ਆਪ ਹੀ ਡਰਾਈਵ ਕਰਦੇ ਪੂਰੀ ਦੀ ਪੂਰੀ ਗੱਡੀ ਨੂੰ ਜਿੱਦਾਂ ਇੱਕ ਬੱਸ ਹੁੰਦੀ ਸਕੂਲ ਵਾਲੀ ਉਹਨੂੰ ਆਪਾਂ ਇੱਕ ਪਾਸਪੋਰਟ ਜਿਹੜੀ ਆ ਗੱਡੀ ਦੇ ਵਿੱਚ ਕਨਵਰਟ ਕੀਤਾ ਆ ਵਾ ਤੇ ਭਾਈ ਦੇ ਨਾਲ ਦੋ ਹੈਲਪਰ ਆ ਉਹਨਾਂ ਦੀ ਮੈਂ ਤੁਹਾਨੂੰ ਥੋੜੀ ਬਹੁਤੀ ਇੰਟਰੋਡਕਸ਼ਨ ਦਵਾਵਾਂਗਾ ਪਹਿਲੇ ਨੰਬਰ 'ਤੇ ਆਪਾਂ ਦੇਖਿਆ ਕਿ ਸਿਟਿੰਗ ਪਲਾਨ ਇਜ਼ ਵੈਰੀ ਗੁੱਡ ਠੀਕ ਹੈ ਆ ਕੁਝ ਕਸਟਮਰ ਜਿਹਨਾਂ ਦੇ ਲਈ ਆਪਾਂ ਬੈਠਣ ਲਈ ਸਿਟਿੰਗ ਪਲਾਨ ਬਣਾਇਆ ਵਾ ਆ ਹੈਗੀ ਭਾਈ ਦੀ ਬੱਸ ਠੀਕ ਹੈ ਤੇ ਆਪਾਂ ਇਹਨਾਂ ਦੇ ਅੰਦਰ ਐਂਟਰ ਕੀਤੇ ਠੀਕ ਹੈ ਤੇ ਪਹਿਲਾਂ ਭਾਜੀ ਨੇ ਕੈਂਡੀ ਲਗਾਈ ਹੋਈ ਆ ਉਸ ਸਾਈਡ ਦੇ ਉੱਤੇ ਭਾਜੀ ਨੇ ਆਪਣੀ ਮਤਲਬ ਕਿ ਤੇਲ ਰੱਖਣ ਗੜੀ ਆਪਣੀ ਕੜਾਈ ਰੱਖੀ ਹੋਈ ਆ ਉਹ ਭਾਈ ਬਰਗਰ ਵਗੈਰਾ ਲਗਾਉਂਦੇ ਨੇ ਆਹ ਭਾਈ ਬਰਗਰ ਲਗਾ ਰਹੇ ਨੇ ਠੀਕ ਹੈ ਤੇ ਵੇਖੋ ਮਤਲਬ ਕਿ ਆਪਾਂ ਨੂੰ ਨਾ ਨੀਟ ਐਂਡ ਕਲੀਨ ਸਾਫ਼ ਸੁਥਰਾ ਮਾਹੌਲ ਚਾਹੀਦਾ ਹੁੰਦਾ ਜਦੋਂ ਵੀ ਇੱਕ ਗੱਲ ਜ਼ਿੰਦਗੀ 'ਚ ਯਾਦ ਰੱਖਿਓ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ ਨਾ ਜਦੋਂ ਵੀ ਆਪਾਂ ਕਿਤੇ ਖਾਂਦੇ ਪੀਂਦੇ ਹਾਂ ਠੀਕ ਹੈ ਉੱਥੋਂ ਦੀ ਨੀਟ ਐਂਡ ਕਲੀਨ ਸਾਫ਼ ਸੁਥਰੀ ਜਗ੍ਹਾ ਹੋਣੀ ਚਾਹੀਦੀ ਆ ਉਸ ਤੋਂ ਬਾਅਦ 'ਚੋਂ ਜਿੱਥੇ ਆਪਾਂ ਬੈਠਣ ਦੇ ਉਹ ਵੀ ਸਾਰੀ ਸਾਫ਼ ਸੁਥਰੀ ਜਗ੍ਹਾ ਹੋਣੀ ਚਾਹੀਦੀ ਆ ਉਹਦੇ ਨਾਲ ਹੀ ਕਸਟਮਰ ਜਿਹੜਾ ਅਟਰੈਕਟ ਕਰਦਾ ਵਾ ਠੀਕ ਹੈ ਆਹ ਵੇਖੋ ਭਾਈ ਨੇ ਬਰਗਰ ਵਗੈਰਾ ਰੱਖੇ ਹੋਏ ਆ ਇਸ ਸਾਈਡ ਦੇ ਭਾਈ ਨੇ ਕੁਛ ਬੰਦ ਗੋਭੀ ਅਤੇ ਆਪਣੇ ਪਿਆਜ਼ ਵਗੈਰਾ ਕੱਟੇ ਹੋਏ ਨੇ ਠੀਕ ਹੈ ਅਤੇ ਭਾਈ ਮੈਨੂੰ ਦੱਸ ਸਕਦੇ ਜੇ ਕਿ ਆਪਣੇ ਬਰਗਰ ਦੇ ਵਿੱਚ ਕਿਹੜੀ ਕਿਹੜੀ ਆਈਟਮ ਪੈਂਦੀ ਆ ਬਰਗਰ ਦੇ ਵਿੱਚ ਸਰ ਡਿਪੈਂਡ ਕਰਦਾ ਕਸਟਮਰ ਦੇ ਉੱਤੇ ਸਾਡੇ 3-4 ਤਰ੍ਹਾਂ ਦਾ ਸੈਲਡ ਹੁੰਦਾ ਜਿਹੜਾ ਆਪਾਂ ਬਰਗਰ ਦੇ ਵਿੱਚ ਲਾਈਦਾ ਹੈ ਓਕੇ ਕਕੰਬਰ ਹੋ ਗਿਆ ਸਰ ਟਮਾਟੋ ਹੋ ਗਿਆ ਅਨੀਨ ਹੋ ਗਿਆ ਓਕੇ ਸਭ ਤੋਂ ਪਲੱਸ ਪੁਆਇੰਟ ਆਪਣੇ ਘਰ ਦੀ ਆਰਗੈਨਿਕ ਲੇਟਸ ਹੁੰਦੀ ਸਰ ਜਿਹੜੀ ਆਪਾਂ ਲਾਉਂਦੇ ਹਾਂ ਵੇਖੋ ਬਿਲਕੁਲ ਵਾਸ਼ ਹੈ ਤੁਸੀਂ ਐਵਰੀਥਿੰਗ ਇਹ ਕੋਈ ਵੀ ਲੀਫ ਚੈੱਕ ਕਰ ਲਓ ਕੋਈ ਵੀ ਕੋਈ ਗੰਦਾ ਨਹੀਂ ਤੁਹਾਨੂੰ ਮਿਲੇਗਾ ਐ ਬਿਲਕੁਲ ਨੀਟ ਐਂਡ ਕਲੀਨ ਮਤਲਬ ਤੁਹਾਡੇ ਘਰ ਦੀ ਖੁਦ ਹੀ ਆ ਖੁਦ ਦੀ ਸਰ ਮੈਂ ਖੁਦ ਤਿਆਰ ਕੀਤੀ ਘਰ ਦੇ ਵਿੱਚ ਕਹਿਣ ਦਾ ਮਤਲਬ ਇਹ ਹੈ ਕਿ ਭਾਜੀ ਜਿਹੜੀ ਆਰਗੈਨਿਕ ਆਪਣੇ ਘਰ ਦੀ ਚੀਜ਼ ਬਣਾਈ ਹੋਈ ਜਿਹੜੀ ਆ ਉਹ ਤੁਹਾਨੂੰ ਖਵਾਉਣਗੇ ਕੋਈ ਵੀ ਦੇਸੀ ਪੰਨ ਨਹੀਂ ਹੋਵੇਗਾ ਕੋਈ ਮਾਰਕੀਟ ਦੀ ਚੀਜ਼ ਨਹੀਂ ਹੋਵੇਗੀ ਜੀ ਜੀ ਬਿਲਕੁਲ ਠੀਕ ਹੈ ਘਰ ਦਾ ਮਤਲਬ ਕਿ ਕੁਝ ਨਾ ਕੁਝ ਆਈਟਮਾਂ ਬਾਹਰ ਦੀਆਂ ਹੋਣਗੀਆਂ ਤੇ ਕੁਝ ਨਾ ਕੁਝ ਆਈਟਮਾਂ ਘਰ ਦੀਆਂ ਹੋਣਗੀਆਂ ਪਰ ਘਰ ਦੀ ਆਈਟਮ ਜਿਹੜੀ ਹੁੰਦੀ ਨਾ ਸਭ ਤੋਂ ਵਧੀਆ ਹੁੰਦੀ ਹੈ ਬੈਸਟ ਹੁੰਦੀ ਕਿਉਂਕਿ ਹਰ ਕਿਸੇ ਨੇ ਆਪਣੇ ਤਰੀਕੇ ਨਾਲ ਉਗਾਈ ਹੁੰਦੀ ਹੈ ਸਾਫ਼ ਸੁਥਰੇ ਤਰੀਕੇ ਨਾਲ ਉਗਾਈ ਹੁੰਦੀ ਹੈ ਤੇ ਆਪਾਂ ਜਿਹੜਾ ਉਹਨੂੰ ਖਾ ਪੀ ਸਕਦੇ ਆ ਵੇਖੋ ਇਹਨੂੰ ਕਹਿੰਦੇ ਕੀ ਭਾਜੀ ਇਹਦਾ ਨਾਮ ਕੀ ਆ ਇਹਦੇ ਨਾਲ ਲੇਟਸ ਹੈ ਸਰ ਇਹ ਦੋ ਤਰ੍ਹਾਂ ਦੀ ਹੁੰਦੀ ਸਰ ਦੇਖਿਓ ਸਾਡੇ ਕੋਲ ਦੋ ਤਰ੍ਹਾਂ ਦੀ ਇੱਕ ਗ੍ਰੀਨ ਹੁੰਦੀ ਹੈ ਇੱਕ ਇਹਦੇ ਨੀਚੇ ਰੈੱਡ ਕਲਰ ਦੀ ਹੈ ਇਸੋ ਤਰ੍ਹਾਂ ਦੋ ਪ੍ਰਕਾਰ ਦੀ ਹੁੰਦੀ ਜਿਹਨੂੰ ਆਪਾਂ ਜੀ ਜੀ ਬਿਲਕੁਲ ਬਿਲਕੁਲ ਆਹ ਵੇਖੋ ਸਾਡਾ ਹੁਣ ਆਪਣਾ ਜਿਹੜਾ ਬਰਗਰ ਹੈ ਇਹ ਰੈਡੀ ਹੈ ਬਰਗਰ ਦੀ ਲੁੱਕ ਵੇਖੋ ਸਰ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਕਿ ਮੈਕਡੋਨਲਡ ਦੀ ਬਰਗਰ ਨੂੰ ਵੀ ਪਿੱਛੇ ਛੱਡਦਾ ਜੀ ਇਹਨੂੰ ਸਰ ਆਪਾਂ ਹੁਣ ਇਹ ਮਤਲਬ ਕਿ ਆਪਾਂ ਚੀਜ਼ ਬਣਾ ਕੇ ਖਾਣੀ ਆ ਆਹ ਵੇਖੋ ਬਰਗਰ ਸਰ ਆਪਾਂ ਪੈਟੀ ਰੈਡੀ ਕਰ ਲਈ ਸੈਲਡ ਵਗੈਰਾ ਲਾ ਲਿਆ ਸੌਸੇਜ ਲਾ ਲਈ ਬਰਗਰ ਰੈਡੀ ਹੈ ਬਰਗਰ ਨੂੰ ਹੁਣ ਆਪਾਂ ਰੱਖਾਂਗੇ ਓਵਨ ਦੇ ਵਿੱਚ ਜਸਟ 1-2 ਸੈਕਿੰਡ ਦੇ ਲਈ ਬੇਕ ਹੋਣ ਕਰਕੇ ਠੀਕ ਹੈ ਸਰ 1 ਸੈਕਿੰਡ ਮਤਲਬ ਕਿ ਆਪਾਂ ਜਿਹੜਾ ਪ੍ਰੋਪਰ ਵੇ ਨਾਲ ਜਿਹੜਾ ਕੰਮ ਕਰਾਂਗੇ ਨਾ ਸਹੀ ਢੰਗ ਨਾਲ ਸਾਰਾ ਕੋਈ ਵੈਲ ਐਂਡ ਗੁੱਡ ਹੁੰਦਾ ਵਾ ਬਿਲਕੁਲ ਬਿਲਕੁਲ ਸਹੀ ਆਹ ਵੇਖੋ ਗਿਆ ਮਾਈਕ੍ਰੋਵੇਵ ਦੇ ਅੰਦਰ ਤੇ ਆਹ ਵੇਖੋ ਭਾਈ ਨੇ ਬਰਗਰ ਬਾਹਰ ਕੱਢ ਲਿਆ ਵਾ ਇਹਨੂੰ ਕਿੰਨੇ ਸੈਕਿੰਡ ਲਈ ਰੱਖਿਆ ਭਾਈ ਆਪਾਂ ਸਰ ਇਹ ਜਸਟ ਗਰਮੀ ਕਰਨਾ ਹੁੰਦਾ ਵੇ ਜਸਟ 2-4 ਸੈਕਿੰਡ ਵਾਸਤੇ ਜਿੱਦਾਂ ਮਤਲਬ ਟੈਂਪਰੇਚਰ ਤੇ ਡਿਪੈਂਡ ਕਰਦਾ ਹੈ ਵੀ ਓਵਨ ਦਾ ਟੈਂਪਰੇਚਰ ਕਿੰਨਾ ਹੈ ਜੇ ਤੇ ਥੋੜਾ ਘੱਟ ਹੈ ਤੇ ਫਿਰ 1-2 ਸੈਕਿੰਡ ਹੋਰ ਰੱਖ ਲਓ
ਇਹਦੇ ਚ ਜ਼ਿਆਦਾ ਹੀਟ ਦੇ ਵਿੱਚ ਫਿਰ ਜ਼ਿਆਦਾ ਚਿਰ ਨਹੀਂ ਰੱਖ ਸਕਦੇ ਨਾ ਆਪਾਂ ਠੀਕ ਹੈ ਮਤਲਬ ਕਿ ਆਪਾਂ ਜਿਹੜਾ ਵਾ ਜ਼ਿਆਦਾ ਚਿਰ ਬਰਗਰ ਨੂੰ ਨਹੀਂ ਰੱਖ ਸਕਦੇ ਆਪਾਂ ਨਾਰਮਲੀ ਨੂੰ ਰੱਖਣਾ ਹੁੰਦਾ ਵਾ ਤੇ ਮੈਨੂੰ ਇੱਕ ਗੱਲ ਦੱਸ ਸਕਦੇ ਕਿ ਬਰਗਰਾਂ ਦੀ ਸਟਾਰਟਿੰਗ ਕਿੰਨੇ ਤੋਂ ਹੋ ਜਾਂਦੀ ਹੈ ਕਿਹੜੇ ਕਿਹੜੇ ਤੁਹਾਡੇ ਕੋਲ ਬਰਗਰ ਹੈਗੇ ਇਹ ਸਰ ਆਪਣੇ ਕੋਲ ਬਰਗਰ ਦੀ ਸਟਾਰਟਿੰਗ 40 ਰੁਪਏ ਤੋਂ ਹੋ ਜਾਂਦੀ ਹੈ ਓਕੇ 40 ਰੁਪਏ ਤੋਂ ਦਿੰਨੇ ਆਪਾਂ ਠੀਕ ਹੈ ਗਾੜੀ ਡਿਪੈਂਡ ਕਰਦਾ ਵੀ ਕਸਟਮਰ ਕਿੱਦਾਂ ਦਾ ਖਾਣਾ ਚਾਹੁੰਦਾ ਹੈ ਕੀ ਟੇਸਟ ਲੈਣਾ ਚਾਹੁੰਦਾ ਫਿਰ ਉਸ ਹਿਸਾਬ ਨਾਲ ਪ੍ਰਾਈਸ ਜਿਹੜੇ ਵੱਧਦੇ ਜਾਂਦੇ ਇਨਕਰੀਜ਼ ਹੁੰਦੇ ਜਾਂਦੇ ਠੀਕ ਹੈ ਸਰ ਸਾਡਾ ਬਰਗਰ ਹੈ ਇਹਨੂੰ ਆਪਾਂ ਟ੍ਰੇ ਦੇ ਵਿੱਚ ਲਾਵਾਂਗੇ ਇਹਦੀ ਲੁੱਕ ਹੀ ਡਿਫਰੈਂਟ ਹੋਏਗੀ ਓਕੇ बर्गर वगैरा स्प्रिंग रोल वगैरा होर बहुत वैरायटियां प्रदान करते हैं ठीक है मतलब के सारी आइटम जेडियां आप भाई दे नाल हेल्प करदे हैं जी ठीक है सिया भाई सिया भाई की हाल चाल जे बढ़िया तुसी सुनाओ ते अपना नाम की है अभिजीत सिंह भाई ते कितना टाइम हो गया भाई ने काम करदे मैं ओदा काम नहीं करदा नाल छुट्टी ही अज स्कूल नो ते फिर पापा मेरे नाल ले के आए ते भाई ਤੁਹਾਡੇ ਕੀ ਲੱਗਦੇ ਆ पापा पापा अच्छा ठीक है जी पापा ਲੱਗਦੇ ਆ ਤੇ ਕਿਹੜੀ ਕਿਹੜੀ ਚੀਜ਼ ਬਣਾ ਲੈਂਦੇ ਪਾਪਾ ਪਾਪਾ ਬਰਗਰ ਪੀਜ਼ਾ ਸਨੈਕਸ ਸ਼ੇਕਸ ਰੈਪ ਡਰਿੰਕਸ ਵਗੈਰਾ ਬਣਾ ਲੈਂਦੇ ਆ ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਪਾਪਾ ਨੂੰ ਕੰਮ ਕਰਦੇ ਆਇਆ ਪਾਪਾ ਨੂੰ ਸਾਲ ਹੋ ਚੱਲਿਆ ਸਾਲ ਹੋ ਚੱਲਿਆ ਠੀਕ ਹੈ ਮਤਲਬ ਕਿ ਕਾਫੀ ਕਸਟਮਰ ਰੁਕਦੇ ਇੱਥੇ ਠੀਕ ਹੈ ਵਧੀਆ ਲੱਗਦਾ ਪਾਪਾ ਦੇ ਨਾਲ ਕੰਮ ਕਰਕੇ ਹਾਂਜੀ ਬਹੁਤ ਵਧੀਆ ਭਾਜੀ ਕਦੀ ਸ਼ਰਮ ਤਾਂ ਨਹੀਂ ਆਉਂਦੀ ਨਹੀਂ ਨਹੀਂ ਸ਼ਰਮ ਠੀਕ ਹੈ ਤੇ ਪਿੰਡ ਕਿਹੜਾ ਆਪਣਾ ਮੇਰਾ ਸਰ ਛੱਜਲਵੱਡੀ ਛੱਜਲਵੱਡੀ ਠੀਕ ਹੈ ਤੇ ਕਿਹੜੇ ਸਕੂਲੇ ਪੜਦੇ ਜੇ ਮੈਂ ਆ ਰਹੀ ਹੈ ਸ਼ੀਰ ਦਸ਼ਨ ਸ਼ੀਰ ਦਸ਼ਨ ਰਹੀਏ ਠੀਕ ਹੈ ਤੇ ਹੋਰ ਮੰਮੀ ਪਾਪਾ ਕੀ ਮੰਮੀ ਕੀ ਕਰਦੇ ਹਾਊਸ ਵਾਈਫ ਹਾਂਜੀ ਹਾਊਸ ਵਾਈਫ ਅੱਛਾ ਤੇ ਘਰ ਦੇ ਵਿੱਚ ਕੌਣ ਕੌਣ ਹੈਗਾ ਘਰ ਵਿੱਚ ਮੇਰਾ ਛੋਟਾ ਬ੍ਰਦਰ ਆ ਓਕੇ ਮੰਮਾ ਵਾ ਠੀਕ ਹੈ ਪਾਪਾ ਵਾ ਠੀਕ ਹੈ ਚਾਚੂ ਮੇਰੇ ਬਾਹਰ ਆ ਠੀਕ ਹੈ ਤੇ ਦਾਦੀ ਅੰਮਾ ਵਾ ਠੀਕ ਹੈ ਥੈਂਕ ਯੂ लेकिन जो मेरा काम है फास्ट फूड का रही है नजदीक पैंदा जो आप अमृतसर नू जाने ना जलंधर तो ਕਰੀਆ ਕ੍ਰੋਸ ਕਰਦੇ ਆ ਸਾਰੀ ਅਗਲੀ ਸਾਈਡ ਤੇ ਸਾਡੀ ਫੂਡ ਬੱਸ ਲੱਗੀ ਹੋਈ ਹੈ ਓਕੇ ਤੇ ਮੈਨੂੰ ਦੱਸ ਸਕਦੇ ਜੇ ਤੁਸੀਂ ਫੂਡ ਸਟਾਰ ਜਾਂ ਕਿੱਦਾਂ ਸਟਾਰਟ ਕੀਤਾ ਹਾਊ ਟੂ ਸਟਾਰਟ ਇਟ ਸਰ ਇਹ ਐਕਚੁਅਲੀ ਮੈਂ ਦੁਬਈ ਦੇ ਵਿੱਚ ਸੀ 2011 ਤੋਂ ਲੈ ਕੇ 20 ਤੱਕ 2020 ਤੱਕ ਆਪਾਂ ਦੁਬਈ ਦੇ ਵਿੱਚ ਸੀ ਓਕੇ 2020 ਦੇ ਵਿੱਚ ਕਰੋਨਾ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ ਕਿ ਕਾਫੀ ਕੰਮ ਜਿਹੜੇ ਜੌਬ ਜਿਹੜੇ ਖਤਮ ਹੋ ਗਈਆਂ ਹਾਂਜੀ ਖਤਮ ਹੋ ਗਈਆਂ ਹਾਂਜੀ ਸਾਨੂੰ ਵੀ ਇਸੇ ਤਰੀਕੇ ਨਾਲ ਜਿੱਦਾਂ ਦੂਸਰੇ ਦੀ ਜੌਬ ਖਤਮ ਹੋਈ ਸਾਡੀ ਵੀ ਖਤਮ ਹੋ ਗਈ ਤੇ 2020 ਦੇ ਵਿੱਚ ਜੂਨ ਜੁਲਾਈ ਦੇ ਵਿੱਚ ਅਸੀਂ ਸਾਨੂੰ ਵਾਪਸ ਆਉਣਾ ਪਿਆ ਹਾਰਨ ਦੀ ਵਾਸ ਹੋਣਾ ਲੇਕਿਨ ਦਿਲ ਨਹੀਂ ਸੀ ਕਰਦਾ ਆਉਣਾ ਪਿਆ ਸੀ ਮਜਬੂਰੀ ਬਣ ਗਈ ਸੀ ਇਸ ਦੀ 2020 ਦੇ ਵਿੱਚ ਵਾਪਸ ਆਇਆ ਤੇ ਸਰ ਇੱਥੇ ਜੌਬ ਵੈਸੇ ਜੇ ਉੱਥੇ ਜੌਬ ਹੈ ਨਹੀਂ ਤੇ ਇੰਡੀਆ ਦੇ ਵਿੱਚ ਵੈਸੇ ਜੌਬ ਨਹੀਂ ਹੈਗੀ ਹਨਾ ਇੱਥੇ ਤੇ ਪਹਿਲਾਂ ਨਹੀਂ ਸੀ ਹੈਗੀਆਂ ਕਰੋਨਾ ਕਰਕੇ ਹੋਰ ਜ਼ਿਆਦਾ ਪ੍ਰਭਾਵ ਪੈ ਗਿਆ ਓਕੇ ਫਿਰ ਚਲੋ 6 ਮਹੀਨੇ ਸੋਚਦੇ ਰਹੇ ਵੀ ਕੀ ਕੀਤਾ ਜਾਵੇ ਥੋੜਾ ਬਹੁਤਾ ਕੁਕਿੰਗ ਦੀ ਵੀ ਸਕਿੱਲ ਹੈਗੀ ਸੀ ਆਪਣੇ ਕੋਲ ਫਿਰ ਘਰਦਿਆਂ ਨੇ ਡਿਸਾਈਡ ਕਰਕੇ ਅਸੀਂ ਸੋਚਿਆ ਵੀ ਆਪਾਂ ਕਿਉਂ ਨਾ ਆਪਣਾ ਕੋਈ ਬਿਜ਼ਨਸ ਸਟਾਰਟ ਕੀਤਾ ਜਾਵੇ ਇਸ ਕਰਕੇ ਅਸੀਂ ਇਹ ਜਿਹੜਾ ਸੈਟਅਪ ਜਿਹੜਾ ਤਿਆਰ ਕੀਤਾ ਕਿ ਯਾਰ ਆਪਣਾ ਕੰਮ ਕੀਤਾ ਜਾਵੇ ਕਿਸੇ ਦਾ ਕੰਮ ਕਰਨ ਨਾਲੋਂ ਆਪਣਾ ਕੰਮ ਕੀਤਾ ਜਾਵੇ ਕਿਸੇ ਨਾਲੋਂ ਕੰਮ ਕਰਨ ਦੀ ਬਜਾਏ ਤੁਸੀਂ ਖੁਦ ਦਾ ਕੰਮ ਕਰੋਗੇ ਤੇ ਜ਼ਿਆਦਾ ਬੈਟਰ ਆ ਬੈਟਰ ਰਹੇਗਾ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਪੁੱਛਣਾ ਚਾਹੁੰਦਾ ਵਾਂ ਤੁਸੀਂ 9 ਸਾਲ ਜਾਂ 10 ਸਾਲ ਦੁਬਈ ਦੇ ਵਿੱਚ ਰਹੇ ਜੌਬ ਕੀਤੀ ਜੀ ਜੀ ਜੌਬ ਦੇ ਵਿੱਚ ਤੇ ਆਪਣੇ ਬਿਜ਼ਨਸ ਵਿੱਚ ਕੀ ਡਿਫਰੈਂਸ ਆ ਇਹਦੇ ਵਿੱਚ ਸਰ ਆਪਣੇ ਬਿਜ਼ਨਸ 'ਚ ਪੂਰੀ ਫ੍ਰੀਡਮ ਹੈ ਉੱਥੇ ਮੇਰੀ ਫ੍ਰੀਡਮ ਕੋਈ ਨਹੀਂ ਸੀ ਉੱਥੇ ਇੱਕ ਟਾਈਮਿੰਗ ਹੁੰਦੀ ਸੀ ਵੀ 5 ਤੋਂ ਲੈ ਕੇ 5 ਵਜੇ ਤੱਕ ਜੇ ਤੁਹਾਡੀ 12 ਘੰਟੇ ਡਿਊਟੀ ਹੈ ਜਾਂ ਕੋਈ ਵੀ ਹੈ ਤੁਹਾਨੂੰ 4 ਵਜੇ ਉੱਠਣਾ ਪੈਣਾ ਤੇ 5 ਵਜੇ ਕਰੈਕਟ ਆਪਣੀ ਡਿਊਟੀ ਤੇ ਪੋਜੀਸ਼ਨ ਤੇ ਜਾਣਾ ਪੈਣਾ ਹੈ ਇਹਦੇ ਗੱਲ ਬਿਲਕੁਲ ਸਹੀ ਗੱਲ ਹੈ ਇਹਦਾ ਕਾਰਨ ਮੈਂ ਵੀ ਤੁਹਾਨੂੰ ਥੋੜੀ ਐਕਸਪਲੇਨ ਕਰ ਦਿੰਦਾ ਕਿ 2017 2016 ਚ ਮੈਂ ਡਬਈ ਗਿਆ ਤੇ 2020 ਦੇ ਵਿੱਚ ਮੈਂ ਵਾਪਸ ਆਇਆ ਮੈਂ ਵੀ 에어ਪੋਰਟ ਦੇ ਉੱਤੇ ਕੰਮ ਕੀਤਾ ਵਾ ਉੱਥੇ ਰੂਟੀਨ ਇਹੀ ਰਹਿੰਦੀ ਹੁੰਦੀ ਇਹੀ ਰੂਟੀਨ ਰਹਿੰਦੀ ਹੈ ਕਿ ਸਵੇਰੇ 3 ਵਜੇ ਉੱਠੋ 4 ਵਜੇ ਬੱਸ ਫੜੋ 5 ਵਜੇ ਆਪਣੇ 에어ਪੋਰਟ ਤੇ ਪਹੁੰਚ ਜਾਓ 5 ਵਜੇ ਆਪਣੀ ਡਿਊਟੀ ਕਰੋ ਕੋਈ ਨਹੀਂ ਇੱਕ ਵਾਰ ਕੀ ਹੋਇਆ ਕਿ ਮੈਨੂੰ ਕਾਫੀ ਜ਼ਿਆਦਾ ਫੀਵਰ ਹੋਇਆ ਸੀ ਓਕੇ ਲੇਕਿਨ ਮੇਰੀ ਜਗ੍ਹਾ ਰਿਲੀਵਰ ਕੋਈ ਨਹੀਂ ਸੀਗਾ ਮੈਨੂੰ ਡਿਊਟੀ ਜਾਣਾ ਪਿਆ ਨਾ ਵੀ ਚਲੋ ਨਹੀਂ ਕਿਸੇ ਨੇ ਗੱਲ ਮੇਰੀ ਮਨੀ ਮੈਨੂੰ ਜਾਣਾ ਪਿਆ 102 ਬੁਖਾਰ ਦੇ ਵਿੱਚ ਵੀ ਮੈਂ 12 ਘੰਟੇ ਉੱਥੇ ਡਿਊਟੀ ਕਰਨੀ ਪਈ ਮੈਨੂੰ ਠੀਕ ਹੈ ਤੇ ਇੱਥੇ ਆਪਾਂ ਮੰਨ ਲਓ ਜੇ ਕੋਈ ਆਪਾਂ ਸਿੱਕ ਹੁੰਨੇ ਆ ਜਾਂ ਕੁਝ ਵੀ ਨਹੀਂ ਆਪਾਂ ਰੈਸਟ ਵੀ ਕਰ ਸਕਦੇ ਆ ਆਪਾਂ ਛੁੱਟੀ ਵੀ ਕਰ ਸਕਦੇ ਆ ਆਪਾਂ ਮੈਡੀਸਿਨ ਵੀ ਪ੍ਰੋਪਰ ਟਾਈਮ ਤੇ ਲੈ ਸਕਦੇ ਇਹਦੇ ਗੱਲ ਹੈ ਕਿ ਔਰ ਫੈਮਿਲੀ ਦੀ ਪੂਰੀ ਸਪੋਰਟ ਹੁੰਦੀ ਹੈ ਵੀ ਯਾਰ ਦੇ ਨਾਲ ਵੀ ਤੁਸੀਂ ਘਰ ਬੈਠ ਕੇ ਤੁਹਾਡੇ ਮੰਮੀ ਪਾਪਾ ਕੇਅਰ ਕਰਨਗੇ ਤੁਹਾਡਾ ਚਾਚਾ ਚਾਚੀ ਜਿਹੜੇ ਉਹ ਕੇਅਰ ਕਰਨਗੇ ਕੋਈ ਨਾ ਕੋਈ ਈਵਨ ਤੁਹਾਡੇ ਗਵਾਂਢੀ ਵੀ ਤੁਹਾਡਾ ਸਾਥ ਦੇਣਗੇ ਸਾਥ ਦੇਣਗੇ ਪਰ ਉੱਥੇ ਜਦੋਂ ਆਪਾਂ ਬਾਹਰ ਚਲ ਜਾਂਦੇ ਹਾਂ ਉੱਥੇ ਕੋਈ ਸਾਥ ਨਹੀਂ ਦੇਣ ਵਾਲਾ ਹੁੰਦਾ ਸਭ ਕਮਰਿਆਂ ਦੇ ਵਿੱਚ ਬਿਜ਼ੀ ਹੁੰਦੇ ਆਪਣੇ ਆਪਣੇ ਕੰਮਾਂ ਨਾਲੇ ਹਰ ਕੋਈ ਜੌਬ ਵਾਲਾ ਹੁੰਦਾ ਆਪਾਂ ਜੀ ਜਿਸ ਤਰ੍ਹਾਂ ਸੜਕੋ ਟਾਈਮ ਨਹੀਂ ਹੁੰਦਾ ਉੱਥੇ ਉਹਦਾ ਕਿਸੇ ਕੋਲ ਕੋਈ ਟਾਈਮ ਨਹੀਂ ਹੁੰਦਾ ਹਨਾ ਹਰ ਇੱਕ ਨੂੰ ਆਪਣੀ ਜੌਬ ਨਾ ਹੁੰਦਾ ਵੀ ਮੇਰੀ ਛੁੱਟੀ ਨਾ ਹੋ ਜਾਵੇ ਪੈਸੇ ਨਾ ਕੱਟੇ ਜਾਣ ਇਸ ਕਰਕੇ ਹਰ ਕੋਈ ਆਪਣੇ ਆਪ 'ਚ ਹੀ ਰਹਿੰਦਾ ਵਾ
ਅਤੇ ਕਾਫੀ ਮੁਸ਼ਕਿਲ ਡਿਊਟੀ ਕੀਤੀ। ਇਹ ਥੋੜ੍ਹੀਆਂ ਚੀਜ਼ਾਂ ਕੁਝ ਕੁ ਸਾਈਡ ਇਫੈਕਟ ਹੋ ਜਾਂਦੇ ਇਸ ਚੀਜ਼ ਦੇ, ਅਤੇ ਇਸ ਕਰਕੇ ਆਪਾਂ ਨੂੰ ਆਪਣਾ ਘਰ ਤਾਂ ਹੀ ਚੰਗਾ ਲੱਗਦਾ ਵਾ, ਅਤੇ ਜੇ ਉੱਤੋਂ ਆਪਣਾ ਕੰਮ ਹੋਵੇ ਫਿਰ ਤਾਂ ਸੋਨੇ ਦਾ ਸੁਹਾਗਾ ਹੋ ਜਾਂਦਾ। ਸਰ ਬੱਸ ਦਾ ਆਈਡੀਆ ਕਿੱਥੋਂ ਆਇਆ, ਬੱਸ ਦਾ ਮਤਲਬ ਕਿ ਇਹ ਕਿੱਥੋਂ ਲਿਆਂਦਾ ਆਈਡੀਆ ਕਿ ਹਾਂ ਵੀ ਬੱਸ ਲਗਾਈ? ਇਹ ਆਈਡੀਆ ਸਰ ਐਕਚੁਲੀ USA ਤੋਂ ਮੇਰੇ ਰਿਸ਼ਤੇਦਾਰ ਨੇ, ਸਰਦਾਰ ਮਹਿੰਦਰ ਸਿੰਘ ਉਹਨਾਂ ਦਾ ਨਾਂ ਹੈ। ਅੱਛਾ। ਮੈਨੂੰ ਆਈਡੀਆ ਨਹੀਂ ਸੀ ਹੈਗਾ ਵੀ ਮੈਂ ਇਹ ਕੰਮ ਕਰਨਾ ਹੈ, ਮੈਨੂੰ ਕੁਕਿੰਗ ਦੀ ਸਕਿੱਲ ਹੈਗੀ ਸੀ ਲੇਕਿਨ ਆਈਡੀਆ ਨਹੀਂ ਸੀ ਹੈਗਾ ਵੀ ਮੈਂ ਕਰਾਂ ਕੀ, ਅਤੇ ਇਸ ਕਰਕੇ ਉਹਨਾਂ ਦਾ ਨਾਮ ਮੈਂਸ਼ਨ ਕੀਤਾ ਕਿਉਂਕਿ ਸਾਰਾ ਆਈਡੀਆ ਹੀ ਉਹਨਾਂ ਦਾ ਹੈ। ਉਹਨਾਂ ਨੇ ਹੀ ਮੈਨੂੰ ਇਸ ਚੀਜ਼ ਨੂੰ ਲੈ ਕੇ ਕਿਹਾ ਕਿ ਤੁਸੀਂ ਇੱਕ, ਪਹਿਲਾਂ ਤਾਂ ਕਹਿੰਦੇ ਸੀ ਕੋਈ ਟਰੈਕਟਰ ਟਰਾਲੀ ਲਓ, ਟਰਾਲੀ 'ਤੇ ਬਣਾਓ, ਕਿਉਂਕਿ ਟਰਾਲੀ ਦੇ ਪ੍ਰੋਜੈਕਟ ਕਾਫੀ ਚੱਲਦੇ ਪਏ ਸੀ, ਚੱਲਦੇ ਪਏ ਇਹ ਤਾਂ ਗੱਲ ਹੈਗੀ। ਅਤੇ ਫਿਰ ਉਹਨਾਂ ਨੇ ਕਿਹਾ ਚਲੋ ਤੁਸੀਂ ਥੋੜ੍ਹਾ ਡਿਫਰੈਂਟ ਕੋਨਸੈਪਟ ਕਰ ਲਓ, ਤੁਸੀਂ ਕੋਈ ਬੱਸ ਵਗੈਰਾ ਲਓ, ਬੱਸ ਨੂੰ ਮੋਡੀਫਾਈ ਕਰੋ, ਬੱਸ ਦੇ ਵਿੱਚ ਕੁਕਿੰਗ ਦਾ ਕਰੋ ਥੋੜ੍ਹਾ, ਨਾਲੇ ਇੱਕ ਤਾਂ ਡਿਫਰੈਂਟ ਹੋ ਜਾਏਗਾ, ਇੱਕ ਨਾਲੇ ਇਹ ਜਿਹੜਾ ਮੂਵਿੰਗ ਬਿਜ਼ਨਸ ਹੋ ਜਾਏਗਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਪਾਂ ਮੂਵ ਕਰ ਸਕਦੇ ਹਾਂ। ਇਹ ਗੱਲ ਹੈਗੀ, ਸਟੇਬਲੀ ਆਪਾਂ ਮੂਵ ਹੈ ਆਪਾਂ, ਮੂਵ ਹੋ ਸਕਦੇ ਹਾਂ। ਕਹਿਣ ਦਾ ਮਤਲਬ ਇਹ ਵਾ ਕਿ ਕੱਲ ਨੂੰ ਕੋਈ ਗਵਰਨਮੈਂਟ ਦਾ ਕੋਈ ਇਸ਼ੂ ਹੋ ਜਾਂਦਾ, ਕੁਝ ਵੀ ਹੋ ਜਾਂਦਾ, ਵਟ ਐਵਰਥਿੰਗ, ਆਪਾਂ ਇੱਥੇ ਆਪਣੀ ਬੱਸ ਗੱਡੀ ਆਪਣੇ ਪਿੰਡ ਜਾ ਕੇ ਲਗਾ ਲਈ, ਅਗਰ ਕੋਈ ਮੇਲਾ ਵਗੈਰਾ ਹੁੰਦਾ ਬੰਦਾ ਉੱਥੇ ਵੀ ਆਪਣਾ ਜਾ ਕੇ ਜਿਹੜਾ ਸੈਟਅਪ ਲਗਾ ਸਕਦਾ। ਇਹ ਸਰ ਮੂਵਿੰਗ ਆ, ਹੁਣ ਇੱਥੇ ਆਪਾਂ ਦਿਨੇ ਆਪਾਂ ਇੱਥੇ ਰਹਿੰਦੇ ਆ, ਰਾਤ ਨੂੰ ਆਪਣੀ ਦੁਕਾਨ ਆਪਣੇ ਘਰ ਹੁੰਦੀ ਹੈ, ਸਾਰਾ ਕੁਛ ਨੂੰ ਰਿਪੇਅਰ ਕਰਕੇ ਵਿੱਚ ਸਾਰੇ ਇੰਸਟਰੂਮੈਂਟ ਲਾ ਕੇ ਕੋਈ 7-8 ਲੱਖ ਦੇ ਨੀਅਰ ਅਬਾਊਟ ਜਿਹੜਾ ਖਰਚਾ ਆ ਜਾਂਦਾ ਹੈ। ਠੀਕ ਹੈ, ਮਤਲਬ ਕਿ ਮੈਂ ਕਹਿਣਾ ਚਾਹੁੰਦਾ ਵਾਂ ਕਿ ਅਗਰ ਤੁਸੀਂ ਵੀ ਅਗਰ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਜੇ, ਤਾਂ ਤੁਹਾਨੂੰ ਸਮਥਿੰਗ ਇਜ਼ ਡਿਫਰੈਂਟ, ਕੁਝ ਵੱਖਰਾ ਸੋਚੋਗੇ ਤੇ ਫੇਰ ਹੀ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਵੋਗੇ, ਨਹੀਂ ਤੇ ਬਹੁਤ ਮੁਸ਼ਕਲ ਆ ਸਰਵਾਈਵ ਕਰਨਾ। ਭਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਭਾਈ ਨੇ 9 ਸਾਲ ਜੋਬ ਕੀਤੀ, ਮੈਂ ਵੀ 3 ਸਾਲ ਜੋਬ ਕੀਤੀ। ਠੀਕ ਹੈ, ਮੈਂ ਵੀ ਦੁਬਈ 'ਚ ਰਿਹਾ, ਮੈਨੂੰ ਪਤਾ ਵਾ ਕਿ ਉੱਥੋਂ ਦੇ ਕਿੱਦਾਂ ਦੀ ਸਿਚੁਏਸ਼ਨ। ਈਵਨ ਇਹ ਵੀ ਗੱਲ ਕਹਿ ਦਿੰਦੇ ਹੁੰਦੇ ਕਿ ਅਗਰ ਇੱਕ ਦਿਨ ਦੀ ਛੁੱਟੀ ਕੀਤੀ ਤਾਂ 3 ਦਿਨਾਂ ਦੀ ਲੀਵ ਕੱਟੀ ਕੱਟੀ ਜਾਣੀ ਹੈ। ਠੀਕ ਹੈ, ਅਗਰ ਇੱਕ ਦਿਹਾੜੀ ਤੁਸੀਂ 50 ਰੁਪਏ ਕਮਾ ਰਹੇ, 50 ਦਰਾਮ ਕਰਾ ਰਹੇ ਹੋ, ਤਾਂ 150 ਰੁਪਏ ਦਿਹਾੜੀ ਤੁਹਾਡੀ ਕੱਟੀ ਜਾਣੀ ਜੀ, ਇਹ ਚੀਜ਼ ਦਾ ਫਾਇਦਾ ਹੁੰਦਾ। ਪਹਿਲੀ ਵਾਰ ਸਰ ਮੈਂ ਉੱਥੇ 2.5 ਸਾਲ ਬਾਅਦ ਛੁੱਟੇ ਆਇਆ ਤੇ ਸਿਰਫ 2 ਮਹੀਨੇ ਦੀ ਛੁੱਟੀ ਸੀ, 2.5 ਸਾਲ ਉੱਥੇ ਸਪੈਂਡ ਕੀਤੇ ਤੇ 2 ਮਹੀਨੇ ਆਪਣੀ ਫੈਮਿਲੀ ਨਾਲ ਸਪੈਂਡ ਕੀਤੇ, ਫਿਰ ਵਾਪਸ ਜਾਣਾ ਪਿਆ। ਇਹ ਸਭ ਤੋਂ ਜ਼ਿਆਦਾ ਮਤਲਬ ਹਾਰਡ ਬੰਦੇ ਦਾ ਟਾਈਮ ਹੋ ਜਾਂਦਾ ਕਿ 2 ਮਹੀਨੇ ਵਾਸਤੇ ਫੈਮਿਲੀ ਨੂੰ ਮਿਲੇ ਤੇ ਫਿਰ 2-3 ਸਾਲ ਵਾਸਤੇ ਆਪਾਂ ਬਾਹਰ ਚਲ ਜਾਣਾ, ਪਤਾ ਨਹੀਂ ਵੀ ਮਗਰੋਂ ਕੀ ਮਿਸਹੈਪਨਿੰਗ ਹੋ ਜਾਣੀ ਜਾਂ ਕੀ ਹੋ ਜਾਣਾ, ਆਪਾਂ ਕੁਛ ਨਹੀਂ ਆਪਾਂ ਨੂੰ ਪਤਾ ਹੈ ਕਿ ਨਹੀਂ। ਮੇਰਾ ਜਿਹੜਾ ਪਹਿਲਾ ਬੇਟਾ ਸੀ ਤੇ ਉਹ ਮਤਲਬ ਮੈਂ ਜਦੋਂ 1 ਸਾਲ ਦਾ ਸੀ ਮੈਂ ਚਲਾ ਗਿਆ ਤੇ ਜਦੋਂ ਮੈਂ ਵਾਪਸ ਆਇਆ ਤਾਂ 3.5 ਸਾਲ ਦਾ ਸੀ, ਸਕੂਲ ਜਾਣ ਡਿਆ ਪਿਆ ਸੀ। ਲੇਕਿਨ ਉਹਦੇ ਜਿਹੜੇ 2.5 ਸਾਲ ਦੇ ਵਿੱਚ ਗੈਪ, ਉਹ ਮੈਨੂੰ ਨਹੀਂ ਪਤਾ ਵੀ ਉਹਨੇ ਕਿੱਦਾਂ ਗਰੋਥ ਕੀਤੀ, ਕੀ ਕੀਤਾ, ਕੀ ਕਿੱਦਾਂ ਖੇਡਿਆ, ਕਿੱਦਾਂ ਉਹਨੇ ਟਾਈਮ ਸਪੈਂਡ ਕੀਤਾ, ਕਿਉਂਕਿ ਉਸ ਟਾਈਮ ਦੇ ਵਿੱਚ ਅੱਜ ਦੀ ਵੀਡੀਓ ਕਾਲ ਹੈਗੀ 2011 ਦੇ ਵਿੱਚ, ਇਹਨਾਂ ਚੀਜ਼ਾਂ ਦਾ ਥੋੜ੍ਹਾ ਨਹੀਂ ਸੀ ਇੰਨਾ ਜ਼ਿਆਦਾ ਪਤਾ। ਠੀਕ ਹੈ, ਵੀਡੀਓ ਕਾਲ ਨਹੀਂ ਚੱਲਦੀ, ਇੱਕ ਆਮ ਨੋਰਮਲ ਕਾਲ ਕਰੀ ਸੀ, ਨਾ ਕੁਛ ਚੀਜ਼ ਦਾ ਕੀ ਆ ਉਹ ਜ਼ਿਆਦਾ ਡਿਊ ਰੈਟਿਸ ਲਾੜੀ ਚੱਲਦੀ ਮੈਂ ਦੇਖੀ। ਜੀ ਬਸ ਨੋਰਮਲ ਕਾਲ ਕਰਨੀ, 2-4 ਮਿੰਟ ਕਾਲ ਕਰਨੀ, ਨਹੀਂ ਟਾਈਮ ਨਹੀਂ ਹੈਗਾ, ਕਿੱਦਾਂ ਠੀਕ ਠਾਕ ਜੋ ਠੀਕ ਠਾਕ, ਬਸ ਇਸ ਤੋਂ ਬਾਅਦ ਸਾਨੂੰ ਕੁਛ ਨਹੀਂ ਪਤਾ ਲੱਗਦਾ ਹੁੰਦਾ ਵੀ ਕੀ ਹੁੰਦਾ ਕੀ ਨਹੀਂ, ਛੋਟੇ ਛੋਟੇ ਗੱਲਾਂ ਘਰ ਦੇ ਵੀ ਨਹੀਂ ਦੱਸਦੇ ਹੁੰਦੇ। ਅਗਰ ਉਸ ਟਾਈਮ ਦੀ ਮੈਂ ਗੱਲ ਕਰਾਂ ਨਾ ਤੇ ਕਾਲਿੰਗ ਬਹੁਤ ਮਹਿੰਗੀ ਹੁੰਦੀ ਸੀ। ਜੀ ਜੀ, ਉਧਰ ਕੋਈ ਡਾਲਰ ਕਾਰਡ ਚੱਲਦੇ, ਆਈ ਡੋਂਟ ਨੋ ਵਟ ਐਵਰ, ਜੀ ਚੱਲਦੇ ਆ, ਚੱਲਦੇ ਰਹੇ। ਤੁਸੀਂ ਉਹਨਾਂ ਨੂੰ ਆਪਣੇ ਫੋਨ ਦੇ ਵਿੱਚ ਇੰਟਰਨੈਟ ਨਾਲ ਕਨੈਕਟ ਕਰਕੇ ਤੇ ਤੁਸੀਂ ਉਹਨੂੰ ਯੂਜ਼ ਕਰ ਸਕਦੇ, ਕੁਝ ਤੁਹਾਨੂੰ 1000 ਮਿੰਟ ਮਿਲਦੇ, 1000 ਜਾਂ 800 ਮਿੰਟ ਮਿਲਦੇ ਹੁੰਦੇ। ਮੈਂ ਵੀ ਉਹਦੇ ਲਈ ਵੀ ਸਰ ਮੈਂ ਉੱਥੇ ਪਹਿਲਾਂ ਜਾ ਕੇ 600-700 ਦਰਾਮ ਦਾ ਪਹਿਲਾਂ ਫੋਨ ਲੈਣਾ ਪਿਆ। ਉਹ ਮੈਂ ਜਿਹੜੀ ਪਾਵਰ ਮਨੀ ਖੜੀ ਸੀ ਨਾ 1000 ਦਰਾਮ, ਉਹਦੇ ਚੋਂ 500-600 ਮੈਨੂੰ ਪਹਿਲਾਂ ਫੋਨ ਲੈਣਾ ਪਿਆ। ਫੋਨ ਕਰ ਲਈ, ਨਹੀਂ ਤੇ ਨਹੀਂ ਸੀ ਹੋਣਾ, ਨੋਰਮਲ ਫੋਨ ਤੋਂ ਫੋਨ ਨਹੀਂ ਕਰ ਸਕਦੇ। ਇਹ ਗੱਲ ਹੈਗੀ, ਬਲ ਬਗੈਰ ਇੰਟਰਨੈਟ ਤੋਂ ਤੁਸੀਂ ਉੱਥੇ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੈ। ਠੀਕ ਹੈ, ਅੱਜ ਕੱਲ੍ਹ ਤਾਂ ਚਲੋ ਇੰਟਰਨੈਟ ਹਰੇਕ ਜਗ੍ਹਾ ਅਵੇਲੇਬਲ ਹੈਗਾ ਵਾ, ਤੇ ਆਪਾਂ ਈਜ਼ਲੀ ਕਿਸੇ ਨੂੰ ਕਾਲ ਨਾਲ ਕਨੈਕਟ ਕਰ ਸਕਦੇ ਹਾਂ। ਥੈਂਕ ਯੂ ਭਾਈ, ਤੁਸੀਂ ਮਿਲਾਓ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਸੋ। ਤੇ ਹੈਵ ਏ ਨਾਈਸ ਡੇ ਐਂਡ ਸਬਸਕ੍ਰਾਈਬ ਮਾਈ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ, ਜਿਹੜੀ ਘੰਟੀ ਹੁੰਦੀ ਉਹਨੂੰ ਥੋੜ੍ਹਾ ਜਿਹਾ ਵਜਾ ਦਿਆ ਕਰੋ, ਤੇ ਨਾਲ ਦੀ ਨਾਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਠੀਕ ਹੈ, ਤੇ ਇੱਦਾਂ ਦੀ ਵੀਡੀਓਜ਼ ਮੈਂ ਪਾਉਂਦਾ ਰਹਾਂਗਾ, ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਮੈਂ ਇੱਦਾਂ ਦੀ ਵੀਡੀਓਜ਼ ਬਣਾਉਂਦਾ ਵਾਂ, ਅਗਰ ਤੁਸੀਂ ਮੈਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੇ ਮੇਰਾ ਨੰਬਰ ਹੈਗਾ ਵਾ 9872607788। ਠੀਕ ਹੈ, ਤੇ ਨਾਲ ਦੀ ਨਾਲ ਮੈਂ ਪ੍ਰੋਪਰਟੀ ਦਾ ਵੀ ਕੰਮ ਕਰਦਾ ਵਾਂ, ਤੇ ਤੁਸੀਂ ਉਹ ਮੇਰੀਆਂ ਵੀਡੀਓਜ਼ ਦੇਖ ਸਕਦੇ ਜੀ, ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣੇ ਲਿੰਕਸ ਦੇ ਦਾਂਗਾ। ਥੈਂਕ ਯੂ, ਹੈਵ ਏ ਨਾਈਸ ਡੇ ਐਂਡ ਸਬਸਕ੍ਰਾਈਬ ਮਾਈ ਚੈਨਲ। ਓਕੇ, ਮੈਂ ਸਾਰੇ ਦਰਸ਼ਕਾਂ ਨੂੰ ਇੱਕ ਰਿਕੁਐਸਟ ਕਰਦਾ ਹਾਂ ਕਿ ਆਪਣਾ ਚੈਨਲ, ਆਪਣਾ ਬਿਜ਼ਨਸ ਹਰਪ੍ਰੀਤ ਸਿੰਘ ਕਰਕੇ ਸਬਸਕ੍ਰਾਈਬ ਕਰੋ ਉਹਨੂੰ, ਅਤੇ ਬੈੱਲ ਆਈਕਨ ਨੂੰ ਟੱਚ ਕਰੋ, ਅਤੇ ਜਿਹੜਾ ਤੁਹਾਨੂੰ ਕਿ ਲੇਟੈਸਟ ਜਿਹੜੀਆਂ ਨਵੀਆਂ ਨਿਊਜ਼ ਹੈ ਜਾਂ ਨਵੀਂ ਨਵੀਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ, ਤੁਸੀਂ ਨਾਲ ਜੁੜੇ ਰਹੋ ਸਾਡੇ। ਥੈਂਕ ਯੂ ਸਰ। ਥੈਂਕ ਯੂ ਸਰ।